ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸੱਚੇ ਤੇ ਸਮਰਥੀ ਪਰਮੇਸ਼ਵਰ ਜੀ, ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਵਰ ਜੀ, ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ, ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਵਰ ਜੀ। ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਖੁਦਾ ਬਾਬ, ਤੁਸੀਂ ਸਾਨੂੰ ਸਭ ਨੂੰ ਪ੍ਰਭੂ ਜੀ ਇਸ ਯੋਗੇ ਸਮਝਿਆ ਕਿ ਪਰਮੇਸ਼ਰ ਅਸੀਂ ਅੱਜ ਸਭ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦੇਖ ਸਕੀਏ ਮੇਰੇ ਮਹਾਨ ਪਰਮੇਸ਼ਵਰ ਜੀ। ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ ਤੁਸੀਂ ਆਪਣੀ ਵੱਡੀ ਕਿਰਪਾ ਅਤੇ ਵੱਡੀ ਦਇਆ ਦੇ ਨਾਲ ਸਾਨੂੰ ਸਭ ਨੂੰ ਖੁਦਾ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਨਾਲ ਇਕੱਠਿਆਂ ਕੀਤਾ, ਸ਼ਾਮਿਲ ਕੀਤਾ। ਪ੍ਰਭੂ ਜੀ ਸੱਚਮੁੱਚ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਖੁਦਾ ਬਾਬ, ਤੁਸੀਂ ਅੱਤ ਮਹਾਨ ਪਰਮੇਸ਼ਵਰੋ। ਪ੍ਰਭੂ ਜੀ ਤੁਹਾਡੇ ਕੰਮ ਸਾਡਿਆਂ ਜੀਵਨਾਂ ਦੇ ਵਿੱਚ ਬਹੁਤ ਵੱਡੇ ਅਤੇ ਅਦਭੁਤ ਹਨ। ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰੋ ਖੁਦਾ ਬਾਬ, ਤੁਹਾਡੇ ਅੰਦਰ ਹਮੇਸ਼ਾ ਤੁਹਾਡੇ ਬੱਚਿਆਂ ਦੇ ਪ੍ਰਤੀ ਦਇਆ ਭਰੀ ਰਹਿੰਦੀ ਹੈ। ਪ੍ਰਭੂ ਜੀ ਤੁਸੀਂ ਕਦੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਦੇ, ਕਦੇ ਵੀ ਸਾਨੂੰ ਅਨਾਥ ਨਹੀਂ ਛੱਡਦੇ, ਹਮੇਸ਼ਾ ਆਪਣੇ ਪਵਿੱਤਰ ਫਤਿਹਮੰਦ ਸੱਜੇ ਹੱਥ ਨਾਲ ਪ੍ਰਭੂ ਤੁਸੀਂ ਸਾਨੂੰ ਸੰਭਾਲ ਕੇ ਰੱਖਦੇ ਹੋ ਮੇਰੇ ਮਹਾਨ ਪਰਮੇਸ਼ਵਰ ਜੀ। ਪਵਿੱਤਰ ਆਤਮਾ ਜੀ, ਸੱਚਮੁੱਚ ਤੁਹਾਡੇ ਪਵਿੱਤਰ ਕਲਾਮ 'ਚ ਲਿਖਿਆ ਕਿ ਪ੍ਰਭੂ ਤੁਸੀਂ ਸਾਡੇ ਨਾਲ ਬਹੁਤ ਵਧੀਕ ਪ੍ਰੇਮ ਕਰਦੇ ਹੋ, ਔਰ ਪ੍ਰਭੂ ਤੁਹਾਡਾ ਪ੍ਰੇਮ ਸਵਾਰਥੀ ਪ੍ਰੇਮ ਨਹੀਂ, ਬਲਕਿ ਤੁਹਾਡਾ ਪ੍ਰੇਮ ਸੱਚਾ ਪ੍ਰੇਮ ਹੈ ਮੇਰੇ ਮਹਾਨ ਪਰਮੇਸ਼ਵਰ ਜੀ। ਮੇਰੇ ਜ਼ਿੰਦਾ ਖੁਦਾ ਬਾਬ, ਸੱਚਮੁੱਚ ਅਸੀਂ ਆਪਣੀ ਇੱਛਾ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਇਕੱਠੇ ਨਹੀਂ ਹੋਏ ਮੇਰੇ ਖੁਦਾ ਬਾਬ। ਇਹ ਤੁਹਾਡਾ ਪ੍ਰੇਮ ਸੀ ਅਤੇ ਤੁਹਾਡਾ ਪਵਿੱਤਰ ਆਤਮਾ ਜੋ ਤੁਸੀਂ ਸਾਨੂੰ ਸਭ ਨੂੰ ਵੱਖ ਵੱਖ ਜਗ੍ਹਾਵਾਂ ਦੇ ਉੱਪਰੋਂ ਇਕੱਠਿਆਂ ਕੀਤਾ, ਇਸ ਪ੍ਰਾਰਥਨਾ 'ਚ ਪ੍ਰਭੂ ਜੀ ਤੁਸੀਂ ਸਾਨੂੰ ਸ਼ਾਮਿਲ ਕੀਤਾ ਮੇਰੇ ਮਹਾਨ ਖੁਦਾ ਬਾਬ। ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੇ ਜ਼ਿੰਦਾ ਪਰਮੇਸ਼ਵਰ ਜੀ। ਖੁਦਾ ਬਾਬ, ਤੁਹਾਡੇ ਵਾਅਦੇ ਸੱਚੇ ਹਨ, ਜੋ ਵੀ ਤੁਸੀਂ ਆਪਣੇ ਪਵਿੱਤਰ ਕਲਾਮ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕੀਤੇ ਹਨ। ਤੁਹਾਡੇ ਵਚਨ 'ਚ ਲਿਖਿਆ ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ, ਮੇਰਾ ਪਵਿੱਤਰ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ। ਖੁਦਾ ਬਾਬ, ਅੱਜ ਤੁਹਾਡਾ ਪਵਿੱਤਰ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ। ਸਾਡੀ ਪ੍ਰਾਰਥਨਾ ਨੂੰ, ਸਾਡੀ ਬੇਨਤੀ ਨੂੰ ਸੁਣ ਕੇ ਪੂਰਿਆਂ ਕਰਨ ਦੇ ਲਈ, ਕਿਉਂ ਜੋ ਪ੍ਰਭੂ ਤੁਸੀਂ ਚਾਹੁੰਦੇ ਹੋ ਤੁਹਾਡੇ ਬੇਟੇ ਅਤੇ ਤੁਹਾਡੀਆਂ ਬੇਟੀਆਂ ਕੇਵਲ ਤੁਹਾਨੂੰ ਪੁਕਾਰਨ। ਤੁਹਾਡੇ ਪਵਿੱਤਰ ਕਲਾਮ 'ਚ ਲਿਖਿਆ ਕਿ ਤੂੰ ਦੁੱਖ ਦੇ ਵੇਲੇ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ, ਮੈਂ ਤੈਨੂੰ ਔਖੀਆਂ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ਹੋਵੇਗਾ। ਪਰਮੇਸ਼ਵਰ, ਸੱਚਮੁੱਚ ਜੋ ਤੁਹਾਨੂੰ ਦੁੱਖ ਦੇ ਵੇਲੇ ਪੁਕਾਰਦੇ ਹਨ, ਪ੍ਰਭੂ ਤੁਸੀਂ ਉਹਨਾਂ ਦੀ ਪ੍ਰਾਰਥਨਾ ਨੂੰ ਸੁਣ ਕੇ ਉੱਤਰ ਦਿੰਦੇ ਹੋ, ਕਿਉਂ ਜੋ ਤੁਸੀਂ ਇੱਕ ਮਾਤਰ ਜੀਵਿਤ ਪਰਮੇਸ਼ਵਰ ਹੋ ਮੇਰੇ ਮਹਾਨ ਪਰਮੇਸ਼ਵਰ ਜੀ। ਮੇਰੇ ਜ਼ਿੰਦਾ ਖੁਦਾ ਬਾਬ, ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪ੍ਰਭੂ ਸੱਚਮੁੱਚ ਤੁਸੀਂ ਹਰ ਰੋਜ਼ ਸਾਨੂੰ ਖਾਣ ਦੇ ਲਈ ਭੋਜਨ ਦਿੰਦੇ ਹੋ, ਪ੍ਰਭੂ ਜੀ ਪਹਿਨਣ ਦੇ ਲਈ ਸਾਨੂੰ ਕੱਪੜੇ ਦਿੰਦੇ ਹੋ, ਸੁੰਦਰ ਸਾਹ ਪ੍ਰਭੂ ਜੋ ਕੇਵਲ ਸਾਨੂੰ ਤੁਹਾਡੇ ਵੱਲੋਂ ਮਿਲਦੇ ਹਨ। ਪ੍ਰਭੂ ਜੀ ਬੀਤੇ ਸਮੇਂ 'ਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਸੀ, ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਤੁਸੀਂ ਸਾਡੇ ਪਰਿਵਾਰ ਨੂੰ ਸੰਭਾਲਿਆ, ਬੱਚਿਆਂ ਨੂੰ ਸੰਭਾਲਿਆ,
ਰਾਹਾਂ ਦੇ ਵਿੱਚ ਵੀ ਪ੍ਰਭੂ ਤੁਸੀਂ ਸਾਡੀ ਮਦਦ ਅਤੇ ਸਹਾਇਤਾ ਕੀਤੀ ਆਪਣੇ ਪਵਿੱਤਰ ਸਵਰਗ ਦੂਤਾਂ ਦੇ ਨਾਲ। ਅੰਧਕਾਰ ਦੀਆਂ ਸਭ ਤਾਕਤਾਂ ਨੂੰ ਸਾਡੀਆਂ ਰਾਹਾਂ ਦੇ ਵਿੱਚੋਂ, ਜੀਵਨਾਂ ਦੇ ਵਿੱਚੋਂ ਤੁਸੀਂ ਖਤਮ ਕੀਤਾ। ਪ੍ਰਭੂ ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ। ਮੇਰੇ ਮਹਾਨ ਪਰਮੇਸ਼ਵਰ ਜੀ, ਤੁਸੀਂ ਰਾਤ ਭਰ ਵੀ ਸਾਨੂੰ ਸੰਭਾਲਿਆ ਮਿੱਠੀ ਅਤੇ ਪਿਆਰੀ ਨੀਂਦ ਦੇ ਕੇ, ਔਰ ਪ੍ਰਭੂ ਜੀ ਅੱਜ ਤੁਸੀਂ ਆਪਣੇ ਵਾਅਦੇ ਦੇ ਅਨੁਸਾਰ ਸਾਨੂੰ ਉਸ ਮਿੱਠੀ ਨੀਂਦ ਤੋਂ ਜਗਾਇਆ, ਇਸ ਪਵਿੱਤਰ ਦਿਨ ਨੂੰ ਦਿਖਾਇਆ ਪ੍ਰਭੂ, ਜਿਸ ਦੀ ਰਚਨਾ ਤੁਸੀਂ ਆਪਣੇ ਪਵਿੱਤਰ ਹੁਕਮਾਂ ਦੇ ਨਾਲ ਕੀਤੀ ਸੀ। ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਇਹ ਧਰਤੀ ਬੇਠੋਲ ਸੀ, ਸੁੰਜੀ ਸੀ, ਪਰਮੇਸ਼ੁਰ ਤੁਸੀਂ ਕਿਹਾ ਉਜਾਲਾ ਹੋ ਜਾਏ, ਧਰਤੀ ਦੇ ਉੱਪਰ ਚਾਨਣ ਹੋਇਆ ਤੁਸੀਂ ਉਸਨੂੰ ਦਿਨ ਆਖਿਆ। ਇਸ ਤਰ੍ਹਾਂ ਪਰਮੇਸ਼ੁਰ ਤੁਸੀਂ ਦਿਨ ਨੂੰ ਬਣਾਇਆ। ਮੇਰੇ ਮਹਾਨ ਪਰਮੇਸ਼ੁਰ, ਸੱਚਮੁੱਚ ਬਹੁਤ ਸਾਰੇ ਲੋਕ ਖੁਦਾ ਬਾਬ ਇਸ ਤੁਹਾਡੇ ਬਣਾਏ ਸੁੰਦਰ ਅਤੇ ਪਵਿੱਤਰ ਦਿਨ ਦਾ ਆਨੰਦ ਨਹੀਂ ਮਾਣ ਸਕੇ, ਪਰ ਪ੍ਰਭੂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਸਮਰੱਥਾ ਦੇ ਨਾਲ ਸਾਡੇ ਉੱਪਰ ਵੱਡੀ ਕਿਰਪਾ ਨੂੰ ਪ੍ਰਗਟ ਕੀਤਾ ਕਿ ਅਸੀਂ ਇਸ ਦਿਨ ਦੇ ਵਿੱਚ ਸ਼ਾਮਲ ਹੋ ਸਕੀਏ, ਇਸ ਦਿਨ ਦਾ ਆਨੰਦ ਮਾਣ ਸਕੀਏ। ਮੇਰੇ ਮਹਾਨ ਪਰਮੇਸ਼ੁਰ ਜੀ, ਮੇਰੇ ਪ੍ਰਭੂ, ਸੱਚਮੁੱਚ ਤੂੰ ਮੇਰਾ ਬਲ ਹੈ, ਪ੍ਰਭੂ ਤੂੰ ਮੇਰੀ ਬੁੱਧੀ ਹੈ, ਪ੍ਰਭੂ ਜੀ ਤੂੰ ਮੇਰੀ ਚਟਾਨ ਹੈ। ਖੁਦਾ ਬਾਪ, ਤੁਸੀਂ ਸਾਡੇ ਮਸਤਕ ਨੂੰ ਹਮੇਸ਼ਾ ਉੱਚਿਆਂ ਕਰਦੇ ਹੋ, ਸਾਨੂੰ ਕੂਸ਼ ਨਹੀਂ ਠਹਿਰਾਉਂਦੇ, ਸਿਰ ਠਹਿਰਾਉਂਦੇ ਜੇ ਸਭ ਜਾਤੀਆਂ ਨਾਲੋਂ ਖੁਦਾਵੰਦ ਖੁਦਾ ਤੁਸੀਂ ਸਾਨੂੰ ਉੱਚਿਆਂ ਕਰਦੇ ਹੋ। ਮੇਰੇ ਮਹਾਨ ਪਰਮੇਸ਼ੁਰ ਜੀ, ਖੁਦਾ ਬਾਪ, ਸੱਚਮੁੱਚ ਤੁਸੀਂ ਸਾਡੀ ਸ਼ਰਮਿੰਦਗੀ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰ ਦਿਓ। ਪ੍ਰਭੂ ਸੱਚਮੁੱਚ ਇਹਨਾਂ ਸ਼ਬਦਾਂ ਦੇ ਦੌਰਾਨ ਮੈਂ ਤੁਹਾਡੇ ਨਾਮ ਦੀ ਜਿੰਨੀ ਵੀ ਮਹਿਮਾ ਕਰਾਂ, ਜਿੰਨੀ ਵੀ ਵਡਿਆਈ ਕਰਾਂ, ਪ੍ਰਭੂ ਜੀ ਉਹ ਘੱਟ ਹੈ, ਕਿਉਂ ਜੋ ਖੁਦਾ ਬਾਪ ਤੁਹਾਡੇ ਉਪਕਾਰ ਅਤੇ ਤੁਹਾਡੀ ਦਇਆ ਅੱਤ ਵਧੀਕ ਹੈ ਸਾਡਿਆਂ ਜੀਵਨਾਂ ਦੇ ਵਿੱਚ। ਮੇਰੇ ਮਹਾਨ ਪਰਮੇਸ਼ੁਰ, ਅਸੀਂ ਅੱਜ ਸਭ ਖੁਦਾ ਬਾਪ ਤੁਹਾਡੇ ਕੋਲੋਂ ਮਾਫ਼ੀ ਮੰਗਦੇ ਹਾਂ। ਪ੍ਰਭੂ ਜੀ, ਅਗਰ ਅਸੀਂ ਬੀਤੇ ਸਮੇਂ ਦੇ ਵਿੱਚ ਤੁਹਾਡੇ ਪਵਿੱਤਰ ਕਲਾਮ ਦੇ ਵਿਰੁੱਧ ਜਾਂ ਪਵਿੱਤਰ ਵਚਨਾਂ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਬਦੀ, ਕੋਈ ਅਪਰਾਧ ਜਾਂ ਕੋਈ ਗੁਨਾਹ ਕਰ ਬੈਠੇ ਹੋਈਏ, ਖੁਦਾ ਬਾਪ ਜਿਸ ਤੋਂ ਅਸੀਂ ਅਣਜਾਣ ਹੋਈਏ, ਖੁਦਾ ਬਾਪ ਸਾਨੂੰ ਮਾਫ਼ ਕਰਨਾ। ਤੁਹਾਡੇ ਪਵਿੱਤਰ ਕਲਾਮ 'ਚ ਲਿਖਿਆ ਹੈ ਕਿ ਜੋ ਲੋਕ ਮੂੰਹ ਤੋਂ ਅੰਗੀਕਾਰ ਕਰਕੇ ਆਪਣੇ ਹਰੇਕ ਪਾਪ ਦਾ ਪਸ਼ਚਾਤਾਪ ਕਰਦੇ ਹਨ, ਬੁਰਿਆਈ ਨੂੰ ਛੱਡਦੇ ਹਨ, ਇਕਰਾਰ ਕਰਦੇ ਹਨ ਕਿ ਯਿਸੂ ਮੇਰੇ ਪ੍ਰਭੂ ਆ, ਉਹ ਮੇਰੇ ਲਈ ਧਰਤੀ ਦੇ ਉੱਪਰ ਆਏ, ਉਹ ਮੇਰੇ ਲਈ ਮਾਰੇ ਗਏ, ਗਾੜੇ ਗਏ, ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਖੁਦਾ ਬਾਪ ਤੁਸੀਂ ਸਾਡੇ ਲਈ ਆਪਣੇ ਪਵਿੱਤਰ ਪਾਕ ਲਹੂ ਨੂੰ ਬਹਾਇਆ, ਜੋ ਗਲਤੀਆਂ ਗੁਨਾਹਾਂ ਦੀ ਸਜ਼ਾ ਪਰਮੇਸ਼ੁਰ ਸਾਡੇ ਉੱਪਰ ਆਉਣੀ ਸੀ, ਉਸ ਸਜ਼ਾ ਨੂੰ ਪਰਮੇਸ਼ੁਰ ਤੁਸੀਂ ਆਪਣੇ ਉੱਪਰ ਚੱਕ ਲਿੱਤਾ, ਸਾਨੂੰ ਹਮੇਸ਼ਾ ਹਮੇਸ਼ਾ ਦੇ ਲਈ ਸੱਚਮੁੱਚ ਉਸ ਬੰਧਨ ਤੋਂ ਛੁਡਾਇਆ ਪ੍ਰਭੂ, ਜੋ ਪਾਪ ਵਾਲਾ ਸੀ, ਸਾਨੂੰ ਨਵਾਂ ਚੋਖਾ ਜੀਵਨ ਦਿੱਤਾ ਪਰਮੇਸ਼ੁਰ। ਇਸ ਜੀਵਨ ਨੂੰ ਅਸੀਂ ਤੁਹਾਡੇ ਪਵਿੱਤਰ ਪਾਕ ਹੱਥਾਂ ਦੇ ਵਿੱਚ ਸੌਂਪਦੇ ਹਾਂ, ਖੁਦਾ ਬਾਪ ਅਸੀਂ ਮੁੜ ਦੁਬਾਰਾ ਕਦੇ ਵੀ ਉਸ ਪਾਪ ਦੀ ਗੁਲਾਮੀ ਦੇ ਵਿੱਚ ਨਾ ਡਿੱਗੀਏ ਜਿਸ ਗੁਲਾਮੀ 'ਚੋਂ ਪ੍ਰਭੂ ਤੁਸੀਂ ਸਾਨੂੰ ਕੱਢਿਆ ਹੈ। ਮੇਰੇ ਮਹਾਨ ਪਰਮੇਸ਼ੁਰ, ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਉਹਨਾਂ ਲੋਕਾਂ ਦੇ ਲਈ, ਪ੍ਰਭੂ ਜੋ ਲੋਕ ਸੱਚਮੁੱਚ ਪਾਪ ਦੇ ਵਿੱਚ, ਨਸ਼ਿਆਂ ਦੇ ਵਿੱਚ, ਬਦੀਆਂ 'ਚ ਘਿਰੇ ਹੋਏ ਹਨ, ਖੁਦਾ ਬਾਪ ਜਿਸ ਤਰ੍ਹਾਂ ਤੁਸੀਂ ਆਪਣੀ ਕਿਰਪਾ ਨੂੰ ਸਾਡੇ ਉੱਪਰ ਪ੍ਰਗਟ ਕੀਤਾ, ਖੁਦਾ ਬਾਪ ਤੁਹਾਡਾ ਆਤਮਾ ਉਹਨਾਂ ਨੂੰ ਵੀ ਚੁਣਿਓ, ਲੋਕ ਵੀ ਬਚਾਏ ਜਾਣ ਜੋ ਪਾਪ ਦੇ ਵਿੱਚ ਹਨ। ਮੇਰੇ ਮਹਾਨ ਖੁਦਾ ਬਾਪ, ਅਸੀਂ ਅੱਜ ਸਭ ਮਿਲ ਕੇ ਇੱਕ ਮਨ ਇੱਕ ਚਿੱਤ ਲਾ ਕੇ ਪ੍ਰਭੂ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ। ਖੁਦਾ ਬਾਪਾ, ਜੋ ਵੀ ਲੋਕ ਇਸ ਪ੍ਰਾਰਥਨਾ 'ਚ ਸ਼ਾਮਲ ਹਨ,
ਜਾਂ ਇਸ ਪ੍ਰਾਰਥਨਾ ਨੂੰ ਇੱਕ ਮਨ ਇੱਕ ਚਿੱਤ ਲਾ ਕੇ ਸੁਣ ਰਹੇ ਹਨ। ਖੁਦਾ ਬਾਪ ਹਰੇਕ ਦੇ ਜੀਵਨ ਦੇ ਲਈ ਪ੍ਰਾਰਥਨਾ ਕਰਦੇ। ਪ੍ਰਭੂ ਤੁਹਾਡਾ ਆਤਮਾ ਇਸ ਪ੍ਰਾਰਥਨਾ ਦੇ ਦੌਰਾਨ ਇਹਨਾਂ ਦੇ ਅੰਦਰੋਂ ਹਰ ਤਰ੍ਹਾਂ ਦੇ ਸ਼ੈਤਾਨੀ ਜੂਏ ਨੂੰ ਖਤਮ ਕਰੇ, ਸ਼ੈਤਾਨੀ ਬੰਧਨ ਇਸ ਪ੍ਰਾਰਥਨਾ ਦੇ ਦੌਰਾਨ ਪ੍ਰਭੂ ਇਹਨਾਂ ਦੇ ਜੀਵਨਾਂ ਦੇ ਵਿੱਚੋਂ, ਇਹਨਾਂ ਦੇ ਬਿਜਨਸ ਦੇ ਵਿੱਚੋਂ, ਇਹਨਾਂ ਦੇ ਬੱਚਿਆਂ ਦੇ ਵਿੱਚੋਂ ਖਤਮ ਹੋ ਜਾਣ ਯਿਸੂ ਦੇ ਨਾਮ 'ਚ। ਹਰ ਇੱਕ ਬੰਧਨ ਟੁੱਟ ਜਾਏ ਯਿਸੂ ਦੇ ਨਾਮ ਦੇ ਵਿੱਚ, ਕਿਉਂ ਜੋ ਮੇਰੇ ਮਹਾਨ ਪ੍ਰਭੂ ਸੱਚਮੁੱਚ ਤੁਹਾਡੇ ਵਚਨ ਵਿਵਸਥਾ ਸਾਰ 33:27 ਦੇ ਵਿੱਚ ਲਿਖਿਆ, ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ ਅਤੇ ਹੇਠਾਂ ਸਨਾਤਨ ਪੂੰਜਾਂ ਹਨ। ਉਸਨੇ ਵੈਰੀ ਨੂੰ ਤੇਰੇ ਅੱਗੇ ਧੱਕ ਦਿੱਤਾ ਅਤੇ ਉਸਨੇ ਆਖਿਆ ਨਾਸ਼ ਕਰ ਦੇ। ਖੁਦਾ ਬਾਪ ਸੱਚਮੁੱਚ ਤੁਸੀਂ ਦੁਸ਼ਟ ਨੂੰ ਹਰਾਉਣ ਦੀ ਤਾਕਤ ਤੁਹਾਨੂੰ ਸਾਨੂੰ ਦਿੱਤੀ ਹੈ ਮੇਰੇ ਮਹਾਨ ਖੁਦਾ ਬਾਪ। ਸੱਚਮੁੱਚ ਤੁਸੀਂ ਅਧਿਕਾਰ ਦਿੱਤਾ ਹੈ, ਤੁਸੀਂ ਸਾਨੂੰ ਹੁਕਮ ਦਿੱਤਾ ਹੈ ਕਿ ਦੁਸ਼ਟ ਦਾ ਨਾਸ਼ ਕਰ ਦੇਵੋ ਮੇਰੇ ਮਹਾਨ ਖੁਦਾ ਬਾਪ। ਅਸੀਂ ਅੱਜ ਸਭ ਉਸ ਅਧਿਕਾਰ ਦੇ ਨਾਲ ਦੁਸ਼ਟ ਦੇ ਹਰ ਇੱਕ ਜੂਏ ਨੂੰ ਤੋੜਦੇ ਹਾਂ ਖੁਦਾ ਬਾਪ, ਜੋ ਇਹਨਾਂ ਦੇ ਘਰਾਨਿਆਂ ਦੇ ਅੰਦਰ ਕੰਮ ਕਰ ਰਿਹਾ ਹੈ ਪਰਮੇਸ਼ੁਰ। ਸੱਚਮੁੱਚ ਜੋ ਦੁਸ਼ਟ ਇਹਨਾਂ ਦੇ ਅੰਦਰ ਬਿਮਾਰੀਆਂ ਨੂੰ ਲੈ ਕੇ ਆਇਆ ਹੈ, ਅੱਜ ਮੈਂ ਦੁਸ਼ਟ ਦੇ ਹਰ ਇੱਕ ਪੁਰਾਣੇ ਤੋਂ ਪੁਰਾਣੇ ਜਾਲ ਨੂੰ ਖਤਮ ਕਰਦਾ ਯਿਸੂ ਦੇ ਨਾਮ ਦੇ ਵਿੱਚ। ਇਸੇ ਪਲ ਖੁਦਾ ਬਾਪ ਸੱਚਮੁੱਚ ਜੋ ਵੀ ਪਾਪ ਦੇ ਕਾਰਨ ਇਹਨਾਂ ਦੇ ਅੰਦਰ ਬੁਰਿਆਈ ਸੱਚਮੁੱਚ ਆਈ ਹੈ, ਖੁਦਾ ਬਾਪ ਅੱਜ ਤੋਂ ਆਪਣਾ ਮਨ ਤਿਆਰ ਕਰ ਲੈਣ ਕਿ ਅਸੀਂ ਕਦੇ ਵੀ ਪਾਪ ਨਹੀਂ ਕਰਾਂਗੇ। ਔਰ ਪਰਮੇਸ਼ੁਰ ਸੱਚਮੁੱਚ ਇਹ ਲੋਕ ਆਜ਼ਾਦ ਹੋ ਸਕਣ, ਕਿਉਂ ਜੋ ਤੁਹਾਡੇ ਵਚਨ ਪਹਿਲਾ ਯੋਹੰਨਾ 3:8 ਦੇ ਵਿੱਚ ਲਿਖਿਆ, ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂਕਿ ਸ਼ੈਤਾਨ ਮੁੱਢੋਂ ਹੀ ਪਾਪ ਕਰਦਾ ਆਇਆ ਹੈ। ਪਰਮੇਸ਼ੁਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ। ਖੁਦਾ ਬਾਪ ਸੱਚਮੁੱਚ ਤੁਸੀਂ ਧਰਤੀ ਦੇ ਉੱਪਰ ਇਸੇ ਲਈ ਪ੍ਰਗਟ ਹੋਏ ਕਿ ਦੁਸ਼ਟ ਦੇ ਸਭ ਕੰਮਾਂ ਨੂੰ ਖਤਮ ਕਰ ਸਕੋ ਮੇਰੇ ਮਹਾਨ ਪਰਮੇਸ਼ੁਰ। ਮੇਰਾ ਵਿਸ਼ਵਾਸ ਹੈ ਖੁਦਾ ਬਾਪ ਅੱਜ ਜੋ ਵੀ ਲੋਕ ਆਪਣੇ ਮਨ ਨੂੰ ਤਿਆਰ ਕਰ ਰਹੇ ਹਨ ਕਿ ਮੈਂ ਉਸ ਨੂੰ ਕਦੇ ਵੀ ਆਪਣੇ ਪਾਪੀ ਜੀਵਨ ਦੇ ਵਿੱਚ ਨਹੀਂ ਰਵਾਂਗਾ, ਮੈਂ ਕਦੇ ਵੀ ਇਸ ਦੇਹੀ ਦੇ ਨਾਲ ਪਾਪ ਨਹੀਂ ਕਰਾਂਗਾ, ਮੇਰਾ ਵਿਸ਼ਵਾਸ ਹੈ ਖੁਦਾ ਤੁਸੀਂ ਉਹਨਾਂ ਦੇ ਅੰਦਰੋਂ ਹਰ ਤਰ੍ਹਾਂ ਦੇ ਸ਼ੈਤਾਨੀ ਜੂਏ ਨੂੰ ਖਤਮ ਕਰ ਚੁੱਕੇ ਹੋ ਯਿਸੂ ਦੇ ਨਾਮ ਦੇ ਵਿੱਚ, ਕਿਉਂ ਜੋ ਪਰਮੇਸ਼ੁਰ ਤੁਹਾਡੇ ਵਚਨ ਲੂਕਾ 10:19 ਦੇ ਵਿੱਚ ਲਿਖਿਆ, ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਠੂਹਿਆਂ ਦੇ ਲਤਾੜਨ ਦਾ ਔਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰੇਗੀ। ਪ੍ਰਭੂ ਅੱਜ ਉਸ ਅਧਿਕਾਰ ਨਾਲ ਜੋ ਲੋਕ ਦੁਸ਼ਟ ਆਤਮਾ ਦੇ ਸਤਾਏ ਹੋਏ ਹਨ ਉਹਨਾਂ ਦੇ ਅੰਦਰੋਂ ਹਰ ਤਰ੍ਹਾਂ ਦਾ ਦੁਸ਼ਟ ਆਤਮਾ ਖਤਮ ਹੋ ਜਾਏ, ਗੂੰਗੀਆਂ ਬੋਲੀਆਂ ਆਤਮਾ ਖਤਮ ਹੋ ਜਾਣ, ਕੁੱਤੇ ਸੂਰ ਦੀ ਆਤਮਾ ਖਤਮ ਹੋ ਜਾਏ ਯਿਸੂ ਦੇ ਨਾਮ 'ਚ। ਇਹਨਾਂ ਦੇ ਅੰਦਰੋਂ ਪਰਮੇਸ਼ੁਰ ਸੱਚਮੁੱਚ ਖੁਦਾ ਬਾਪ ਤੁਸੀਂ ਹਰ ਇੱਕ ਬੁਰਿਆਈ ਨੂੰ ਖਤਮ ਕਰ ਚੁੱਕੇ ਜੀ। ਜਿਸ ਤਰ੍ਹਾਂ ਪਰਮੇਸ਼ੁਰ ਤੁਸੀਂ ਜਿਰਹੋ ਦੀ ਦੀਵਾਰ ਨੂੰ ਗਿਰਾਇਆ, ਇਹਨਾਂ ਦੇ ਅੰਦਰੋਂ ਅੱਜ ਪਾਪ ਦੀ ਦੀਵਾਰ ਗਿਰ ਚੁੱਕੀ ਹੈ ਯਿਸੂ ਦੇ ਨਾਮ ਦੇ ਵਿੱਚ। ਖੁਦਾ ਬਾਪ ਇਹਨਾਂ ਦੀਆਂ ਦੇਹੀਆਂ ਅੱਜ ਤੋਂ ਪਵਿੱਤਰ ਬਣ ਜਾਣ ਯਿਸੂ ਦੇ ਨਾਮ ਦੇ ਵਿੱਚ। ਖੁਦਾ ਬਾਪ ਸੱਚਮੁੱਚ ਜੋ ਵੀ ਦੁਸ਼ਟ ਇਹਨਾਂ ਦੇ ਅੰਦਰ ਬਿਮਾਰੀਆਂ ਨੂੰ ਲੈ ਕੇ ਆਇਆ, ਮੈਂ ਹਰੇਕ ਬਿਮਾਰੀ ਨੂੰ ਖਤਮ ਕਰਦਾ ਪਰਮੇਸ਼ੁਰ ਸੱਚਮੁੱਚ। ਤੁਹਾਡਾ ਆਤਮਾ ਇਹਨਾਂ ਦੇ ਅੰਦਰ ਵਾਸ ਕਰਦਾ ਹੈ, ਦੁਸ਼ਟ ਕਦੇ ਵੀ ਇਹਨਾਂ ਦੇ ਸਰੀਰ ਨੂੰ ਆਪਣੇ ਕਾਬੂ ਹੇਠ ਨਹੀਂ ਕਰੇਗਾ, ਕਿਉਂ ਜੋ ਪਰਮੇਸ਼ੁਰ ਤੁਹਾਡੇ ਪਵਿੱਤਰ ਬੱਚੇ ਹਨ ਯਿਸੂ ਦੇ ਨਾਮ ਦੇ ਵਿੱਚ, ਕਿਉਂ ਜੋ ਪ੍ਰਭੂ ਤੁਹਾਡੇ ਵਚਨ 2 ਕੁਰੰਥੀਆਂ 3:17 ਦੇ ਵਿੱਚ ਲਿਖਿਆ, ਹੁਣ ਉਹ ਪ੍ਰਭੂ ਦਾ ਆਤਮਾ ਹੈ, ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ। ਖੁਦਾ ਬਾਪ ਸੱਚਮੁੱਚ ਅੱਜ ਤੋਂ ਦੁਸ਼ਟ ਕਦੇ ਵੀ ਖੁਦਾ ਬਾਪ ਇਹਨਾਂ ਦੇ ਜੀਵਨਾਂ ਦੇ ਵਿੱਚ ਡੇਰਾ ਨਹੀਂ ਲਾਵੇਗਾ, ਕਿਉਂ ਜੋ ਤੁਹਾਡਾ ਆਤਮਾ ਇਹਨਾਂ ਦੇ ਅੰਦਰ ਹੈ ਔਰ ਇਹਨਾਂ ਦੇ ਸਰੀਰਾਂ ਦੇ ਵਿੱਚ ਅੱਜ ਆਜ਼ਾਦੀ ਹੈ, ਇਹਨਾਂ ਦੇ ਫਾਈਨੈਂਸ ਦੇ ਵਿੱਚ ਦੁਸ਼ਟ ਦੀ ਆਜ਼ਾਦੀ ਹੈ,
ਖਤਮ ਹੋ ਚੁੱਕਾ ਯੀਸ਼ੂ ਦੇ ਨਾਮ 'ਚ। ਔਰ ਪ੍ਰਭੂ ਸੱਚਮੁੱਚ ਜੋ ਲੋਕ ਅੱਜ ਆਮੀਨ ਬੋਲ ਰਹੇ ਹਨ, ਜ਼ਾਮੀਨ ਲਿਖ ਰਹੇ ਹਨ, ਮੇਰਾ ਵਿਸ਼ਵਾਸ ਹੈ ਪ੍ਰਭੂ ਤੁਹਾਡਾ ਆਤਮਾ ਉਹਨਾਂ ਨੂੰ ਹਰੇਕ ਦੁਸ਼ਟ ਦੇ ਜਾਲ ਤੋਂ ਆਜ਼ਾਦ ਕਰ ਚੁੱਕਾ। ਇਹਨਾਂ ਦੇ ਉੱਪਰ ਕਦੇ ਵੀ ਜਾਦੂ ਟੋਨਾ ਨਹੀਂ ਚੱਲੇਗਾ ਯੀਸ਼ੂ ਦੇ ਨਾਮ ਦੇ ਵਿੱਚ। ਪ੍ਰਭੂ ਤੁਹਾਡੇ ਪਵਿੱਤਰ ਪਾਕ ਲਹੂ 'ਚ ਛੁਪਾ ਦਿੰਦੇ ਹਾਂ। ਸੱਚਮੁੱਚ ਮੇਰੇ ਮਹਾਨ ਪਰਮੇਸ਼ਵਰ ਜੀ, ਤੁਸੀਂ ਇਹਨਾਂ ਨੂੰ ਚੁਣਿਆ ਹੈ ਖੁਦਾ ਬਾਪ, ਇਹ ਤੁਹਾਡੇ ਬੱਚੇ ਹਨ ਯੀਸ਼ੂ ਦੇ ਨਾਮ ਦੇ ਵਿੱਚ। ਮੇਰੇ ਮਹਾਨ ਖੁਦਾ ਬਾਪ, ਮੈਂ ਖਾਸ ਪ੍ਰਭੂ ਉਹਨਾਂ ਬੱਚਿਆਂ ਦੇ ਲਈ ਪ੍ਰਾਰਥਨਾ ਕਰਦਾ ਖੁਦਾ ਬਾਪ, ਜੋ ਲੋਕ ਇਸ ਪ੍ਰਾਰਥਨਾ ਨੂੰ ਪਰਮੇਸ਼ਵਰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਕੇ ਤੁਹਾਡੀ ਰਾਜ ਦੇ ਸੇਵਾ ਦੇ ਕੰਮਾਂ ਨੂੰ ਪ੍ਰਭੂ ਜੀ ਸੱਚਮੁੱਚ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਹਨ ਖੁਦਾ ਬਾਪ। ਤੁਸੀਂ ਦੇਖਿਆ ਹੈ ਕਿ ਇਹਨਾਂ ਨੇ ਤੁਹਾਡੇ ਕੰਮਾਂ ਨੂੰ ਕੀਤਾ ਹੈ, ਮੇਰਾ ਵਿਸ਼ਵਾਸ ਹੈ ਪ੍ਰਭੂ ਤੁਸੀਂ ਇਹਨਾਂ ਦੇ ਪਰਿਵਾਰ ਨੂੰ, ਬੱਚਿਆਂ ਨੂੰ ਸੱਚਮੁੱਚ ਇਸ ਕੀਤੀ ਮਿਹਨਤ ਦਾ ਬਹੁਤ ਤਾਇਤ ਦੇ ਨਾਲ ਫਲ ਦੇਵੋਗੇ। ਇਹਨਾਂ ਦਾ ਪਰਿਵਾਰ, ਬੱਚੇ ਬਹੁਤ ਉੱਚੇ ਹੋ ਜਾਣਗੇ ਯੀਸ਼ੂ ਦੇ ਨਾਮ ਦੇ ਵਿੱਚ। ਪ੍ਰਭੂ ਜੀ, ਮੈਂ ਖਾਸ ਉਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਕਰਦਾ ਪਰਮੇਸ਼ੁਰ, ਜੋ ਲੋਕ ਇਸ ਪ੍ਰਾਰਥਨਾ ਦੇ ਦੌਰਾਨ ਆਪਣੇ ਬੀਜ ਨੂੰ, ਆਪਣੇ ਦਸਵੰਧ ਨੂੰ ਪ੍ਰਭੂ ਜੀ ਤੁਹਾਡੇ ਰਾਜ ਲਈ ਬੀਜ ਰਹੇ ਹਨ, ਪਰਮੇਸ਼ੁਰ ਤੁਸੀਂ ਜਾਣਦੇ ਹੋ ਬੀਜ ਕਿਸ ਕਮਾਈ ਦੇ ਵਿੱਚੋਂ ਆਇਆ ਹੈ। ਮੇਰਾ ਵਿਸ਼ਵਾਸ ਇਹਨਾਂ ਦਾ ਬੀਜ ਲੱਖਾਂ ਦੇ ਨਾਲ ਹੈ, ਔਰ ਪਰਮੇਸ਼ੁਰ ਤੁਸੀਂ ਇਹਨਾਂ ਦੀ ਕਮਾਈ ਦੇ ਵਿੱਚ ਕਰੋੜਾਂ ਦੇ ਨਾਲ ਇਹਨਾਂ ਨੂੰ ਬਰਕਤ ਦੇ ਦਿੱਤੀ ਹੈ। ਅਤੇ ਕਿਉਂ, ਜੋ ਤੁਹਾਡੇ ਵਚਨ 'ਚ ਲਿਖਿਆ, ਜਿਸ ਮਾਪ ਨਾਲ ਤੁਸੀਂ ਮਾਪੋਗੇ ਉਸੇ ਨਾਲ ਤੁਹਾਨੂੰ ਮਾਪਿਆ ਜਾਵੇਗਾ। ਪਰਮੇਸ਼ੁਰ ਸੱਚਮੁੱਚ ਇਹਨਾਂ ਨੇ ਖੁੱਲ੍ਹੇ ਦਿਲ ਨਾਲ ਬੀਜਿਆ ਹੈ, ਔਰ ਪ੍ਰਭੂ ਖੁੱਲ੍ਹੇ ਦਿਲ ਨਾਲ ਵੱਢਣ ਵਾਲੇ ਬਣ ਜਾਣ ਯੀਸ਼ੂ ਦੇ ਨਾਮ ਦੇ ਵਿੱਚ। ਔਰ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਖਾਸ ਪਰਮੇਸ਼ੁਰ ਤੁਹਾਡੇ ਬੱਚਿਆਂ ਦੇ ਲਈ, ਜੋ ਲੋਕ ਪੜ੍ਹਾਈ ਲਈ, ਕੰਮਾਂ ਲਈ ਘਰਾਂ ਤੋਂ ਨਿਕਲ ਰਹੇ ਹਨ, ਰਸਤਿਆਂ 'ਚ ਹਨ, ਪ੍ਰਭੂ ਤੁਹਾਡਾ ਆਤਮਾ ਸਹੀ ਸਲਾਮਤ ਉਹਨਾਂ ਨੂੰ ਘਰਾਂ 'ਚ ਵਾਪਸ ਲੈ ਕੇ ਆਵੇ। ਧੰਨਵਾਦ, ਤੁਸੀਂ ਸਾਡੀ ਪ੍ਰਾਰਥਨਾ ਨੂੰ ਪ੍ਰਭੂ ਅੱਜ ਸੁਣ ਕੇ ਪੂਰਿਆਂ ਕੀਤਾ। ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ।